स्वागत है किसान वीरो तुहाडा सिदक डेयरी फार्मिंग दे विच। किसान वीरो अज जिहड़ी वीडियो बना रहे हैं दूजी वीडियो तुहानू विखाउणी है पिंड चुग्गा गुरु हर साहिब तहसील पैंदी है ते जिला इन्हां नू फिरोजपुर पैंदा है। इस घर च भी बहुत सारे पशु बाई रखदे आ दोस्तो दुध वास्ते मझां जिहड़ियां उह तुसीं देख रहे होवोगे बच्चों तो अंदाजा हो जांदा किन्ने कु पशु जिहड़े उह घर च रखे हुए आ। पहले घर आ दोस्तो जिहड़े इस पिंड च जदों आके देखदे आ जिहड़े इन्नियां इन्नियां मझां जिहड़ियां उह रखदे आ घर दे विच असर झोटियां तुसीं देख सकदे हो असर गबन विचों कुछ पशु जिहड़े उह हालांकि वीडियो तो पहलां भी बाई जिहड़ी दसदे आ भी एक दो पशु सेल करते अज दी वीडियो च के मझ बाई ने विकाऊ कीती आ इहदे बारे आपां डिटेल पुछांगे। वीडियो नूं एंड तक देखियो जिहनूं मझ चंगी लगूगी आके आपदी तसल्ली नाल खरीद लिओ। नंबर जिहड़ा उह वीर दा मैं स्क्रीन उत्ते ला देना सो आओ इहदे बारे आपां जानकारी लईए बाद चे मझ तुहानूं तोर के भी दिखाउणे आ। ਸਤਿ ਸ੍ਰੀ ਅਕਾਲ ਬਾਈ। ਨਾਮ ਦੱਸੋ ਆਪਣਾ। ਸੁਖਚੈਨ ਸਿੰਘ। ਠੀਕ ਹੈ। ਸੋ ਪਸ਼ੂ ਫਿਰ ਕਾਫੀ ਸਾਰੇ ਰੱਖਦੇ ਹੋ ਘਰ ਦੇ ਵਿੱਚ? ਬਹੁਤ ਜੀ, ਮੁੱਢ ਤੋਂ ਰੱਖਦੇ ਆ। ਪਹਿਲਾਂ ਤੋਂ ਹੀ ਰੱਖਦੇ ਹੋਣੇ? ਹਾਂ। ਠੀਕ ਹੈ, ਨਿੱਕੇ ਹੁੰਦੇ। ਅੱਛਾ, ਜਿਹੜੀ ਇਹ ਮੱਝ ਆਪਾਂ ਅੱਜ ਵਿਕਾਊ ਕੀਤੀ ਹੈ ਜੀ, ਇਸ ਕਿੰਨਵਾਂ ਸੂਆ ਸੂੰਦੀ ਹੈ? ਇਹ ਚੌਥੇ ਸੂਏ ਸੂੰਦੀ। ਚੌਥੇ ਸੂਏ। ਤੀਜੇ ਸੂਏ ਦੁੱਧ ਕਿੰਨਾ ਕੁ ਪਿਆ ਗਈ ਸੀ? ਇਹਨੇ ਕੱਟੀ ਰੱਖੀ ਸੀ ਮੈਂ। ਠੀਕ ਹੈ। 16 ਲੀਟਰ ਦੁੱਧ ਦਿੰਦੀ ਰਹੀ ਹੈ। 16 ਲੀਟਰ ਦੁੱਧ ਇਹਦਾ ਚੋਇਆ? ਹਾਂ। ਠੀਕ ਹੈ, ਹੁਣ ਕਿੰਨੇ ਕੁ ਦਿਨ ਲੈ ਜੂ ਸੂਣ ਚ? ਹੁਣ ਇਹ ਘੱਟ ਤੋਂ ਘੱਟ 8-10 ਦਿਨ ਲਊ ਮਸਾਂ। 8-10 ਦਿਨ ਲੈ ਜੂਗੀ? ਹਾਂ। ਠੀਕ ਹੈ, ਰੇਟ ਇਹਦਾ ਕੀ ਰੱਖਿਆ ਜੀ? 1,20,000 ਹੈ। ਠੀਕ ਹੈ, ਦੱਸੋ ਚੌਥਾ ਸੂਆ ਸੂਣੀ ਹੈ, 16 ਕਿਲੋ ਦੁੱਧ ਬਾਈ ਜੀ ਦੱਸਦੇ ਆ ਵੀ ਇਹਨੇ ਦਿੱਤਾ। ਤੋਰੀ ਬਈ ਨੂੰ ਹਜੇ ਹਫ਼ਤਾ 10 ਦਿਨ ਲੈਂਦੀ ਹੈ, ਹਵਾਨਾ ਲੱਗਦਾ ਵੀ ਥੋੜ੍ਹਾ ਜਿਹਾ ਅਗਲੇ ਪਾਸੇ ਨੂੰ ਵੱਧ ਦਿਖਾਊਗੀ। ਦਰਮਿਆਨੇ ਕੱਦ ਦੀ ਹੈ, ਵਜ਼ਨ ਚੰਗਾ, ਥਣ ਜਿਹੜੇ ਆ ਉਹ ਸੋਹਣੇ ਆ, ਲੰਬਾਈ ਦੇ ਵਿੱਚ ਹੈ, ਹਵਾਨਾ ਥੋੜ੍ਹਾ ਜਿਹਾ ਅਗਲੇ ਪਾਸੇ ਨੂੰ ਲੱਗਦਾ ਵੀ ਜ਼ਿਆਦਾ ਦਿਖਾਊਗੀ, ਹਜੇ ਹਫ਼ਤਾ 10 ਦਿਨ ਲੈਂਦੀ ਹੈ। ਰੇਟ ਹਮੇਸ਼ਾ ਦੋਸਤੋ ਮਾਲਕ ਨੇ ਕਰਨਾ ਹੁੰਦਾ, ਰੇਟ ਫਿਕਸ ਵੀ ਨਹੀਂ ਹੁੰਦਾ, ਇਹਦੇ 'ਚੋਂ ਰੇਟ ਘੱਟ ਜਾਣਾ ਹੁੰਦਾ ਜਿਹੜਾ ਮੁੱਲ ਕੀਤਾ ਜਾਂਦਾ ਕੁਛ, ਕਿਉਂਕਿ ਜਿੰਨਾ ਮੰਗਿਆ ਜਾਵੇ ਉਨਾ ਕਦੇ ਮਿਲਦਾ ਨਹੀਂ ਅਤੇ ਉਹਦੇ ਕਰਕੇ ਰੇਟ ਕੁਛ ਘੱਟ ਵੀ ਜਾਂਦਾ। ਅੱਗੋਂ ਘੁਮਾਲਾ ਬਈ ਹੋਰ ਸਿੰਘ ਦੋਸਤੋ ਬਿਲਕੁਲ ਕੁੰਡੇ ਆ, ਮੁੜੇ ਵੇ ਆ ਨਾਲ ਹੀ ਸਿਰ ਦੇ, ਉਹ ਜਿਹੜਾ ਸਟਰਕਚਰ ਆ ਉਹ ਤੁਸੀਂ ਦੇਖ ਸਕਦੇ ਹੋ। ਇਹਨੂੰ ਤੁਸੀਂ ਗ੍ਰੇਡਡ ਕਹਿ ਲਓ ਅਤੇ ਇਹਨੂੰ ਤੁਸੀਂ ਨੀਲੀ 'ਚ ਮੰਨ ਲਓ ਦੋਸਤੋ, ਜੋ ਰੰਗ ਰੂਪ ਆ ਉਹ ਤੁਹਾਡੇ ਸਾਹਮਣੇ ਆ। ਪਸ਼ੂਆਂ ਦੀ ਗਿਣਤੀ ਬਹੁਤ ਆ, ਇਕੱਲੇ ਪਸ਼ੂ ਦੀ ਕੇਅਰ ਵੱਖਰੀ ਕਰਨੀ ਜਿਹੜੀ ਉਹ ਔਖਾ ਹੋ ਜਾਂਦਾ ਇੰਨੇ ਪਸ਼ੂਆਂ ਦੇ ਵਿੱਚੋਂ। ਲੱਤਾਂ ਤੁਸੀਂ ਦੇਖ ਸਕਦੇ ਹੋ ਚੌੜੀਆਂ ਰੱਖਦੀ ਆ ਮੱਝ, ਹਵਾਨਾ ਪੂਰਾ ਭਰੂਗੀ ਮੁੱਢ ਦੇ ਵਿੱਚੋਂ, ਤੋ ਇਸ ਟਾਈਮ ਜਿੱਦਾਂ ਦੀ ਕੰਡੀਸ਼ਨ ਉਹ ਤੁਸੀਂ ਦੇਖ ਸਕਦੇ ਹੋ। ਦਰਮਿਆਨੇ ਕੱਦ ਕਾਠ ਦੀ ਮੱਝ ਹੈ, ਦੁੱਧ ਚੰਗਾ ਦਿੱਤਾ ਤੀਜੇ ਸੂਏ ਦੇ ਵਿੱਚ, ਥਣ ਹਵਾਨਾ ਤੁਸੀਂ ਹੁਣ ਇੱਥੋਂ ਵੀ ਦੇਖ ਸਕਦੇ ਹੋ, ਅਗਲੇ ਪਾਸੇ ਨੂੰ ਥੋੜ੍ਹਾ ਜਿਹਾ ਵੱਧ ਹੀ ਰੱਖਣਾ ਇਹਨੇ ਹਵਾਨਾ, ਹਾਲਾਂਕਿ ਜੇ ਹਫ਼ਤਾ 10 ਦਿਨ ਲੱਗਦਾ ਬਾਈ ਨੂੰ ਵੀ ਇਹ ਲੈ ਜੂਗੀ, ਉਸ ਹਿਸਾਬ 'ਤੇ ਤੁਸੀਂ ਇਹਦੀ ਜੱਜਮੈਂਟ ਕਰ ਸਕਦੇ ਹੋ। ਪਿੱਠਪੁੜੇ ਦੀ ਫੁੱਲ ਖੁੱਲ੍ਹੀ ਮੱਝ ਆ, ਪਿੱਛੋਂ ਵੀ ਤੁਸੀਂ ਦੇਖ ਸਕਦੇ ਹੋ। ਸੋ ਇਹ ਮੱਝ ਦੋਸਤੋ ਵਿਕਾਊ ਹੈ, ਆ ਕੇ ਆਪਦੀ ਤਸੱਲੀ ਤੁਸੀਂ ਕਰਨੀ ਹੈ। ਨੰਬਰ ਬਾਈ ਜੀ ਹੋਰਾਂ ਦਾ ਸਕਰੀਨ ਉੱਤੇ ਲੱਗਾ, ਕਾਲ ਇਸ ਨੰਬਰ 'ਤੇ ਤੁਸੀਂ ਕਰ ਸਕਦੇ ਹੋ। ਧੰਨਵਾਦ ਵੀਡੀਓ ਦੇਖਣ ਲਈ।